Mamy duże miejsce. No, się jest Malty. हां जी सारे ਸਤਿ ਸ਼੍ਰੀ ਅਕਾਲ ਇੱਥੇ ਬਾਰਡਰ ਤੇ ਪਹੁੰਚੇ ਅਸੀਂ ਯੂਕਰੇਨ ਦੇ ਬਾਰਡਰ ਤੇ ਲੋਕਾਂ ਨੂੰ ਜਿੰਨੀ ਵੀ ਕੋਸ਼ਿਸ਼ ਕਰਦੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਆ ਸਾਡੇ ਨਾਲ ਡਾਕਟਰਾਂ ਦਾ ਟੈਂਟ ਲੱਗਾ ਹੋਇਆ ਇਹ ਸਾਡਾ ਟੈਂਟ ਲੱਗਾ ਹੈ ਇਧਰ ਲੰਗਰ ਦੀ ਸੇਵਾ ਚੱਲ ਰਹੀ ਹੈ ਨਾਲ ਖਾਲਸਾ ਏਡ ਵਾਲੇ ਸਾਡੇ ਨਾਲ ਜੁੜ ਗਏ ਆ ਉਹਨਾਂ ਦੇ ਵਿਚਾਰੇ ਪੂਰੀ ਮਦਦ ਕਰ ਰਹੇ ਜਿਹੜੇ ਬੰਦੇ ਹੈਗੇ ਆ ਖਾਣਾ ਲੈ ਕੇ ਆਪਣਾ ਦਾਲ ਤੇ ਚੌਲ ਲੈ ਕੇ ਵਿਚਾਰੇ ਜਾ ਰਹੇ ਖਾ ਰਹੇ ਬਜ਼ੁਰਗ ਜ਼ਿਆਦਾਤਰ ਉੱਥੇ ਜਨਾਨੀਆਂ ਦੇ ਬੱਚੇ ਹੀ ਆ ਰਹੇ ਆ ਬੱਚੇ ਬਹੁਤ ਆ ਰਹੇ ਆ ਇਹਨਾਂ ਦਾ ਰੈੱਡ ਕ੍ਰਾਸ ਵਾਲਾ ਟੈਂਟ ਆ ਸਾਰੀਆਂ ਬੱਸਾਂ ਇੱਥੇ ਭਰ ਭਰ ਕੇ ਆ ਰਹੀਆਂ ਬੱਸਾਂ ਭਰ ਭਰ ਕੇ ਜਾ ਰਹੀਆਂ ਇੱਥੋਂ ਸਾਰੇ ਟੈਂਟ ਲੱਗੇ ਹੋਏ ਆ ਬਿਲਕੁਲ ਬਾਰਡਰ ਤੋਂ ਅਸੀਂ 4-5 ਕਿਲੋਮੀਟਰ ਦੂਰ ਆ ਸਿਰਫ ਸੇਵਾ ਚੱਲ ਰਹੀ ਹੈ ਜੋ ਆਪਣੀ ਲੈ ਕੇ ਇੱਧਰ ਲੋਕੀ ਜਿਹੜੇ ਇੱਥੋਂ ਦੇ ਲੋਕੀ ਉਹ ਵੀ ਆਪਣਾ ਖਾਣਾ ਪੱਤਰ ਲੈ ਕੇ ਕੁਛ ਨਾ ਕੁਛ ਵਿਚਾਰੇ ਸੰਤਰੇ ਕੋਈ ਚੀਜ਼ ਜੋ ਚੀਜ਼ ਲੱਭਦਾ ਘਰੋਂ ਚੁੱਕੇ ਲੈ ਕੇ ਵਿਚਾਰੇ ਇੱਥੇ ਆ ਕੇ ਲੋਕੀ ਮਦਦ ਕਰਨਾ ਉਹਦੇ ਨਾਲ ਲੋਕੀ ਬਹੁਤ ਮਦਦ ਕਰਦੇ ਇੱਧਰੋਂ ਬੱਸਾਂ ਭਰ ਭਰ ਕੇ ਆਉਂਦੀਆਂ ਦੇਖੋ ਬੱਸਾਂ ਖਲੋਤੀਆਂ ਬਹੁਤ ਜ਼ਿਆਦਾ ਪਬਲਿਕ ਬਹੁਤ ਜ਼ਿਆਦਾ ਬਾਰਡਰ ਤੇ ਆਪਣੇ ਇੰਡੀਅਨ ਵਾਲਿਆਂ ਦਾ ਬਹੁਤ ਮਾੜਾ ਹਾਲ ਹੋ ਰਿਹਾ ਉਹਨਾਂ ਨੂੰ ਬਹੁਤ ਕੁੱਟਮਾਰ ਹੋ ਰਹੀ ਕਿਉਂਕਿ ਉੱਥੋਂ ਦੀ ਆਪਣੀ ਸਰਕਾਰ ਨੇ ਯੂਕਰੇਨ ਦੀ ਸਪੋਰਟ ਨਹੀਂ ਕੀਤੀ ਇਸ ਕਰਕੇ ਆਪਣੇ ਇੰਡੀਅਨ ਵਾਲਿਆਂ ਨੂੰ ਬਹੁਤ ਕੁੱਟਮਾਰ ਰਹੇ ਕਿਉਂਕਿ ਕਹਿੰਦੇ ਆ ਕਿ ਜੇ ਤੁਹਾਡੀ ਸਰਕਾਰ ਤੁਹਾਡੀ ਬਾਤ ਸੁਣੂਗੀ ਤਾਂ ਸਾਡੀ ਸਪੋਰਟ ਕਰੂਗੀ ਇਸ ਕਰਕੇ ਆਪਣੇ ਇੰਡੀਅਨ ਵਾਲਿਆਂ ਨੂੰ ਬਹੁਤ ਜ਼ਿਆਦਾ ਕੁੱਟਮਾਰ ਹੋ ਰਹੀ ਵਿਚਾਰੇ ਮੇਰੇ ਕੋਲ ਆਏ ਉੱਥੇ ਬੰਦੇ ਜਿਹਨਾਂ ਨੇ 5-5-6-6 ਦਿਨ ਤੋਂ ਰੋਟੀ ਨਹੀਂ ਖਾਧੀ ਚਾਹ ਪੀਣ ਨੂੰ ਮਿਲੀ ਲੱਤਾਂ ਖਾਧੀਆਂ ਡੰਡਾ ਖਾਧੇ ਆ ਪਰ ਰੋਟੀ ਨਹੀਂ ਖਾਣ ਨੂੰ ਮਿਲੀ ਪਾਣੀ ਪੀਣ ਨੂੰ ਨਹੀਂ ਮਿਲਿਆ ਰੋਟੀ ਵਿਚਾਰੇ ਲੰਗਰ ਖਾ ਕੇ ਚਾਹ ਪੀ ਕੇ ਬੜੇ ਖੁਸ਼ ਹੋਏ ਰਾਤ ਦੇ ਉੱਥੇ ਨਾਲ ਉਹਨਾਂ ਮੈਂਟਲੀ ਬਹੁਤ ਕਮਜ਼ੋਰ ਹੋ ਗਏ ਲੋਕ ਮੈਂਟਲੀ ਸ਼ੌਕ ਬਹੁਤ ਲੋਕਾਂ ਨੂੰ ਇੱਥੋਂ ਦੇ ਲੋਕਾਂ ਨੂੰ ਕੱਪੜੇ ਹਰ ਚੀਜ਼ ਪੂਰੀ ਮੁਹੱਈਆ ਕਰਾਈ ਇੱਥੇ ਲੋਕਾਂ ਨੇ ਬਹੁਤ ਸੇਵਾ ਕਰ ਰਹੇ ਲੋਕੀਆਂ ਵੀ ਆਖੀਏ ਲੇਕਿਨ ਜਿਹੜੇ ਉੱਥੋਂ ਦੇ ਯੂਕਰੇਨ ਵਾਲੇ ਆ ਉਹ ਕੁੱਟ ਰਹੇ ਇੰਡੀਆ ਖਾਸ ਕਰ ਜਿਨ੍ਹਾਂ ਦੀ ਸ਼ਕਲ ਜਿਹੜੀ ਪਾਕਿਸਤਾਨੀ ਹੈ ਜਿੱਦਾਂ ਦੀ ਹੋਈ ਸ਼ਕਲ ਵਾਲੇ ਬੰਦੇ ਥੋੜ੍ਹੇ ਰੰਗ ਜਿਨ੍ਹਾਂ ਦਾ ਮਾੜਾ ਜਿਹਾ ਗੂੜਾ ਵਾ ਉਹਨਾਂ ਨੂੰ ਬਹੁਤ ਕੁੱਟਮਾਰ ਹੋ ਰਹੀ ਕਿਉਂਕਿ ਸਾਡੀ ਸਰਕਾਰ ਜਿਹੜੀ ਆ ਉਹ ਯੂਕਰੇਨ ਦੀ ਮਦਦ ਨਹੀਂ ਕਰ ਰਹੀ ਇਸ ਕਰਕੇ ਉਹ ਉਹਨਾਂ ਨੂੰ ਕੁੱਟਮਾਰ ਜ਼ਿਆਦਾ ਰਿਹਾ ਕੋਲ ਇੱਕ ਦੋ ਕੁੜੀਆਂ ਵੀ ਗਾਇਬ ਹੋਈਆਂ ਕੁੜੀਆਂ ਨੂੰ ਵੀ ਕੁੱਟਿਆ ਮਾਰਿਆ ਵਾ ਬੰਦੇ ਸਾਰੇ ਸਟੂਡੈਂਟ ਜ਼ਿਆਦਾਤਰ ਆ ਰਹੇ ਆ ਸਾਰੇ ਮੁੰਡੇ ਜੰਗ ਮੁੰਡੇ ਵਿਚਾਰਿਆਂ ਦੀ ਲਾਈਫ ਖਤਮ ਹੋ ਗਈ ਹਾਂਜੀ ਬਾਕੀ ਇੱਥੇ ਸਾਡੇ ਨੂੰ ਜਿੱਥੇ ਜਿਹੜਾ ਬੰਦਾ ਇੱਥੇ ਪਹੁੰਚ ਜਾਂਦਾ ਨਾ ਤਾਂ ਭੁੱਖਾ ਜਾਂਦਾ ਵਾ ਨਾ ਕਿ ਸੌਣ ਤੋਂ ਨਾ ਕੱਪੜੇ ਤੋਂ ਬਗੈਰ ਇੱਥੇ ਫ੍ਰੀ ਇੰਟਰਨੈਟ ਲਾਇਆ ਹੋਇਆ ਆਪਣੇ ਇੰਡੀਅਨ ਭਰਾ ਨੇ ਕਿੰਨੇ ਸਾਰੇ ਨੇ ਰਲ ਕੇ ਮਿਲ ਕੇ ਹਾਂਜੀ ਹੈਲੋ ਭਾਈ ਜੀ ਠੀਕ ਹੈ ਬੜੀਆ ਫ੍ਰੀ ਇੰਟਰਨੈਟ ਸੇਵਾ ਕਰ ਰਹੇ ਹੋ ਆਪ ਹਾਂ ਜੀ ਸਰ ਜੀ ਮੈਂ ਸੀਸ਼ੇ ਤੋਂ ਦੂਰ ਹੀ ਰੱਖੋ ਸਰ ਠੀਕ ਹੈ ਆਪ ਸਭ ਦੂਰ ਹੀ ਰਹਿਣਾ ਚਾਹਤੇ ਇਸੇ ਜੀ ਨਹੀਂ ਥੈਂਕ ਯੂ ਭਾਈ ਸ਼ੁਕਰੀਆ ਭਾਈ ਆਪ ਲੋਗੋ ਕੋ ਚਾਹੀਏ ਯਹਾਂ ਪੇ ਆਪਕੋ ਕੰਟੈਕਟ ਕਰਨੇ ਕੇ ਲੀਏ ਅਗਰ ਚਾਹੀਏ ਤਾਂ ਬਤਾਈਏ ਮੇਰੇ ਪਾਸ ਹੈ ਨੰਬਰ ਥੈਂਕ ਯੂ ਮੈਂ ਆਪਣੇ ਕੰਟੈਕਟ ਕਰ ਸਕਤਾ ਹੂੰ